ਜਿਹੜਾ ਬੰਦਾ ਬਾਰਵੇਂ ਪਾਤਸ਼ਾਹ ਕੋ ਹਾਜ਼ਰ ਨਾਜ਼ਰ ਸਮਝਦੇ ਉਹਨਾਂ ਦੀ ਜਾਤ ਤੇ ਕਿਆਮਤ ਤੇ ਬੁਲੰਦ ਅਰਸਲ ਟਾਈਮ ਵੀ ਤਮੀਰ ਸ਼ਾਹ ਦਾ ਹੁੰਦੇ 7:30 ਵਜੇ ਤੱਕ 8 ਤੋਂ 9 ਮੈਂਬਰ ਛੋੜੇ 8 ਵਜੇ ਰਾਈ ਭਾਈ ਅਜ਼ਹਰ ਖਾਨ ਪੜ੍ਹਨਾ ਹੁੰਦੇ ਆਏ ਬੈਠਣ ਹੱਕ ਤਾਂ ਮੇਰਾ ਨਹੀਂ ਬਣਦਾ ਬਣਨ ਫਲ ਤਬਰੋ ਖਾਨ ਦਰਬਾਰ ਮੈਂ ਹਾਜ਼ਰੀ ਦੇਣਾ ਭਾਈ ਜੀ ਕੇ ਫਟੀ ਕੋ ਮੈਂ ਰਿਕੁਐਸਟ ਕਰੇ ਸਾਂ ਅਗਰ ਡੀਜ਼ਲ ਨਹੀਂ ਹੁੰਦਾ ਤਾਂ ਮੈਂ ਕੁਛ ਅੱਡ ਸਿੱਖੇਗਾ 2-4 ਲੀਟਰ ਖਾ ਹੋਏ ਸੀ ਮੈਂ ਛੱਡੇ ਸਾਂ ਉਹਦਾ ਪਹਿਲੇ ਦਸਾ ਦਿੰਦੇ ਤੁਸੀਂ ਇੱਕ ਸਲਵਾਤ ਪੜ੍ਹੋ ਚਾਹੇ ਨੌਕਰੀ ਸ਼ੁਰੂ ਕਰ ਲੈ ਅੱਜ ਮਜਲਿਸ ਸੀ ਫਰ ਸਮਝ ਕੇ ਆਦਰ ਅਦਾ ਲਗਾ ਭੇਨ ਫਿਰਾ ਦੇ ਘਰ ਜਲਦੀ ਤੋਂ ਪਹਿਲੇ ਬਸ ਨਿਕਲੀ ਭੇਨ ਸ਼ਾਹਜ਼ਾਦੇ ਅਕਬਰ ਦਾ ਪਲੂ ਨਿੱਥੇ ਇਹ ਸਾਰੇ ਸੈਯਦ ਉਜ਼ਾਮ ਦੀ ਫੂੜੀ ਵਿੱਚ ਆਈ ਮੌਲਾ ਆਪਣੀ ਬਾਰਗਾਹ ਵਿੱਚ ਕਬੂਲ ਫਰਮਾਏ ਅੱਛਾ ਟਾਈਮ ਛੋੜੇ ਬਿਸਮਿਲਲਾ ਬਿਸਮਿਲਲਾ ਅਗਰ ਮੇਰੇ ਸਾਥ ਦਿਓ ਤਾਂ ਇੱਕ ਮਿਹਨਤ ਦਾ ਜੁਮਲਾ ਸੁਣਾਈ ਗਈ ਬਿਸਮਿਲਲਾ ਕਰਾਂ ਤੁਹਾਡਾ ਪੰਜਵਾਂ ਇਮਾਮ ਜਨਾਬ ਬਾਕਰ ਫਰਮਾਇਆ 24,000 ਸਾਲ ਪਹਿਲੇ ਅੱਲਾ ਕਾਬੇ ਦੀ ਜ਼ਮੀਨ ਕੋਲੋਂ ਜ਼ਮੀਨ ਕਰਬਲਾ ਕੋ ਬਣਾਏ ਕਿਤਨਾ 24,000 ਸਾਲ ਪਹਿਲੇ ਤਵੱਜੋ ਹੈ ਭਾਈ ਕਹਿ ਕੋ ਬਣਾਏ ਜ਼ਮੀਨ ਕਰਬਲਾ ਇਹ ਕਿਤਾਬ ਦਾ ਨਾਂ ਖੁਲਾਸਤੁਲ ਮਸਾਇਲ ਜਿੱਥੋਂ ਮੈਂ ਲਗ ਪੜ੍ਹਦਾ ਪਿਆ ਬੜੀ ਪੁਰਾਣੀ ਕਿਤਾਬ ਲਿਖੀ ਹੋਈ ਹੈ ਜ਼ਮੀਨ ਕਾਬਾ ਨੇ ਫਖਰ ਕੀਤਾ ਤੇ ਹੁਣ ਜਿਹੜਾ ਬੰਦਾ ਹਾਜ਼ਰ ਬੈਠਾ ਹੈ ਕਾਬੇ ਦੀ ਜ਼ਮੀਨ ਨੇ ਭਾਈ ਜਾਨ ਫਖਰ ਕੀਤਾ ਜੋ ਮੈਂ ਜ਼ਮੀਨ ਕਾਬਾ ਅੱਲਾ ਫਰਮਾਇਆ ਓ ਜ਼ਮੀਨ ਕਾਬਾ ਜ਼ਿਆਦਾ ਫਖਰ ਕਰਨ ਦੀ ਜ਼ਰੂਰਤ ਨਹੀਂ ਜੇ ਕਰਬਲਾ ਇਹ ਤੁਰਬਾ ਤੇ ਹੁਸੈਨ ਨਾ ਹੁੰਦੀ ਮੈਂ ਕਰਬਲਾ ਕੇ ਪੂਰੀ ਕਾਇਨਾਤ ਹੀ ਨਾ ਬਣਾਈ ਪੂਰੀ ਕਾਇਨਾਤ ਹੀ ਨਾ ਬਣਾਵਾਂ ਅਗਲਾ ਲਫ਼ਜ਼ ਬੜਾ ਕੀਮਤੀ ਆ ਗਿਆ ਕਿਤਾਬ ਹੀ ਕਿਹੜੀ ਤਰ੍ਹਾਂ 4 ਦਿਖਾ ਸਕਦਾ ਹੁਣ ਜਿਹੜਾ ਮੇਰਾ ਹੱਕ ਖਾਸੀ ਉਹ ਜਾਣੇ ਤੇ ਪਾਕ ਬਤੂਲ ਜਾਣੇ ਤੇ ਉਹਦਾ ਬਚੜਾ ਜਾਣੇ ਭਾਈ ਪੂਰੀ ਤਵੱਜੋ ਸਾਹਿਬ ਕਿਤਾਬ ਨੇ ਇੱਥੇ ਹੀ ਜ਼ਮੀਨ ਕਰਬਲਾ ਤੇ ਜ਼ਮੀਨ ਕਾਬਾ ਅਗਲਾ ਲਫ਼ਜ਼ ਅੱਲਾ ਬਾਦਸ਼ਾਹ ਕਿਹੜਾ ਹੈ ਅੱਲਾ ਫਰਮਾਇਆ ਉਹ ਜ਼ਮੀਨ ਕਾਬਾ ਸੁਣ ਗਏ ਫਰਮਾਇਆ ਅਗਰ ਸਮੁੰਦਰ ਜੀ ਸੂਈ ਕੋ ਸੱਟੋ ਜੇ ਨਾ ਸੂਈ ਕੋ ਉਹਦੇ ਦੁੱਖ ਤੇ ਨਾਕ ਤੇ ਜਿੰਨਾ ਪਾਣੀ ਲੱਗ ਵਜੇ ਅੱਲਾ ਫਰਮਾਇਆ ਉਹ ਤੂੰ ਹੈ ਬਾਕੀ ਸਾਰਾ ਸਮੁੰਦਰ ਮੇਰੇ ਹੁਸੈਨ ਦੀ ਜਾਗੀਰ ਹੈ ਬਾਕੀ ਸਾਰਾ ਸਮੁੰਦਰ ਮੇਰੇ ਹੁਸੈਨ ਦੀ ਜਾਗੀਰ ਅੱਲਾ ਫਰਮਾਇਆ ਤੈਨੂੰ ਨਹੀਂ ਪਤਾ ਕੋਈ ਆਮ ਖਾ ਕੇ ਸ਼ਿਫਾ ਨਹੀਂ ਕੋਈ ਨਬੀ ਅੱਖੀ ਤੇ ਲਾ ਕੇ ਗਏ ਯਾਰ ਇਤਨੇ ਤੱਕ ਮੈਯਤ ਮਿਲੇ ਨੇ ਜਦ ਤੱਕ ਕਬਰ ਨਾਲ ਖਾ ਕੇ ਸ਼ਿਫਾ ਨਾ ਰੱਖੋ ਕਿਆ ਵਜ੍ਹਾ ਹੈ ਇਹ ਕੋਈ ਅੱਜ ਤੋਂ ਮੋਤਰਾ ਮੰਦੀ ਪਈ ਹੈ ਨਾ 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 ਆਲਮ ਅਰਵਾਹ ਹੈ ਜੋ ਜੱਡਾ ਤੋਂ ਹੁਸੈਨ ਦੇ ਨਾਮ ਹੈ ਛਾਈ ਗਏ ਅੱਛਾ ਇਹ ਕੋਈ ਬਖਤ ਕਿਵੇਂ ਲੱਗ ਗਿਆ ਬੋਲ ਬੋ ਸੋ ਇੱਕ ਜੁਮਲਾ ਵੀ ਪੜਨਾ ਚਾਹਤਾ ਖੁਦਾ ਦੇ ਸ਼ੁਕਰ ਇਸ ਪੂਰੇ ਬਲਦ ਦੇ ਬਹੁਤ ਬੜੇ ਸ਼ਹਿਰ ਜਿਨ੍ਹਾਂ ਦੇ ਕਲਾਮ ਦੇ ਉੱਤੇ ਮੋਹਰਾਂ ਲੱਗਦੀਆਂ ਹਨ ਮੀਰ ਬਬਰ ਅਲੀ ਅਨੀਸ ਸਾਹਿਬ ਉਹਨਾਂ ਦੇ ਸ਼ੇਰ ਦੀ ਮੈਂ ਤੁਹਾਨੂੰ ਤਸ਼ਰੀਫ ਸੁਣਾਉਂਦਾ ਹਾਂ ਹੁਸੈਨ ਬਾਦਸ਼ਾਹ ਦੋ ਮੁਹਰਮ ਦੇ ਨਾ ਕਰਬਲਾ ਦੀ ਜ਼ਮੀਨ ਤੇ ਪਹਿਲਾ ਕਦਮ ਰੱਖਾ ਹਰ ਜ਼ਰਾ ਇਵੇਂ ਚਮਕਦਾ ਜਿਵੇਂ ਆਸਮਾਨ ਤੇ ਸਿਤਾਰੇ ਚਮਕੇ ਬਿਸਮਿਲਲਾ ਕਰ ਹਰ ਜ਼ਰਾ ਇਵੇਂ ਚਮਕਦਾ ਜਿਵੇਂ ਆਸਮਾਨ ਤੇ ਸਿਤਾਰੇ ਚਮਕੇ ਪਹੁੰਚਣ ਕਰਬਲਾ ਦੀ ਨਗਰੀ ਵਿੱਚ 6 ਜਾਂ 7 ਘੋੜੇ ਬਦਲੇ ਨੇ ਅਲੀ ਅਕਬਰ ਦੇ ਬਾਬੇ ਕਿਉਂ ਬਦਲੇ ਨੇ ਹਰ ਜਨਾਬ ਪਤਾ ਜੀ ਮੌਲਾ ਜ਼ੀਨ ਛੋੜਨੀ ਹੈ ਤਵੱਜੋ ਹੈ ਭਾਈ
अब्दुल जनाब पत्ता दी तजीन छोड़नी है आ गया साहब ने दिया घोड़ा देता मौला मुर्तजी बड़ा सफर कर थक पियो से तू संभिया चकिनो मेरा रीसा दे छीक सत घोड़े सही जाफर जमानी में लिख रियादुल कुद्स वाला मारियो सिता सारे में लिख दे बदन सत घोड़े बदले हुसैन बादशाह ने उंदे बाद हुसैन बादशाह दुनिया को दसना इमाम खुद ते जानदा ना सही दुनिया को दस ओ दुनिया वालो फरमाने तू सा इल्म गायब दे बारे सब पैंतन दे बारे सोचेंदे ओदे वे इतना इल्म त सारी सवारी ने रख दिया सुभान अल्लाह क्या बात है या तारी अलमत को सलाम मैं अपना घर इतनी हौसला अफजाई बड़ी हो इतना इल्म तो सारी सवारी ने रख दिया तू सारे बारे सोचेंदे बदे हो इथा ही सदस अब्बास बस टाइम छोड़े जी ए रस्ते जो ज़ुहैर बिन कैनाल ला सदे ना ओ को आते को अकबर दा गरीब बाबा सदे ना वाह वाह ए जिन दी आख ते मोहर बस भईन ओ को आते को मासूमा दा गरीब पीउ सदे ना ज़ुहैर नजदीक आ खड़ा जी मौला और फरमाइंदन मैं को ए दसा इमाम जान दा भई दुनिया को दसना है इस जगह दे कदीम पुराने ना क्या हिन ज़ुहैर दे मौला मुशतुल सलात सदेनन क्योंकि फरात दे किनारे दे नाल ही ना मौला को गादरिया दी मस्ती सदेनन मौला को अर्ज सफीनी सदेनन ए ना ते चुप करके सुने नी अगला ए रोकया दे मौला को दस्त नए नवाई सदेनन शाह हुसैन अली चौथा ना इयो जी आए ही हुसैन नहीं चवट मस्तूर मामला वाह गुरबता दे वे ज़ुहैर रो क्या लकड़े मौला एक भी आम जगह नहीं है जिस तो नबी रोंदे गए नहीं को कर बला ही सदे ने ये लव दाख में है अब्बास जी आके कतर शनास पर मैंने जल्दी कर खैमे ला चा अब्बास भेनी को लहा चा जी मैं लख बारी आखा अब्बास खैमे ला चा जी लख बारी आखा भेना को बिलहा चा अब्बास ते को नहीं पता ओ जा आ गई है जितना खड़े डी ना तेरी भेन दी चादर ले वाह 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 बड़ी मुबान हो गई अब्बास दस्त नैन वाह आ गई बस मैं बैठ ले करीब आ गया खैन ले नेस शाह हुसैन अली अचानक ही का सहाबी रोंदा होया मौला दे करीब है मौला साहब जे खैमन दे मेखा गाड़न लगे है ना मैं को समझ नहीं है कि खून जहर था करबला दी जमीन तो तुसा तो सुन छोड़े हो हुसैन दो हाथ कमर ते रखें जमीन दे दे के देख के आदन ए खून वाला राज डामी दे नी फजर दे टाइम मैंने अकबर दी जवानी खोले सी बाबा जी जी मौला जिंदगी करे बुजुर्ग मौला जिंदगी करे जी लख ए राज डामे ते जी मजे अकबर दी जवानी को रेसी बस भई लफ्ज आखेस फौरन इथे खड़े बनी हसद लोग मिन्नत खड़े करे ने मौला इथे खैमे न ला इथो आदम नबी रोंदा गए नूह ते बहन आंदे हैं इब्राहिम रो पिया हा हुसैन फरमाने मैं देखो ओ नबियन मैं हुसैन ना शाह हुसैन अली अगला लफ्ज बड़ा कीमती आ गया कदर करें आई बैठिए पर्दे जो रो के आ देन ओ ही कल्ले आया है मेरे नाल भेनी आई मेरे नाल मसूमा है मेरे नाल आंदी परिवार क्या बात है यार क्या बात है बस ये लफ्ज आखे अचानक खयाम दे दर तो हिट बैन है हाय गरीबी अम्मा फिदा कहन हुई आदि मौला तुसा तो इतना खड़े हो ना सहाब दे रले जरा खैमे आन तेरे सारिया भेणी वाल खोल के मिट्टी दे ढहे भैया हुसैन खैमे आ खड़े करबला दे नवाब डिठे भेण को आदने अलग कह बड़ी तड़प दे आदि गरीब मैं कुछ समय नहीं मैं जेड़े वेले दी जाया न कुछ तेज हवाए मेरी चादर क्यों ढल गई है लख बारी आखा हुसैन एक दुखा का मरकज है
मेरा हाल ले ले वे मेरा मेरा बुरका क्यों डर डर वे मैं कुंड साए केड़े राल तू इमाम हुसैन फरमाया बेड़े राल करबला शाम गरीब खुल वणे न तने गैया जवीर मैं तेरी मिन्नत करेनी है इत खैमे न ला हुसैन आ दिल क्यों शाह हुसैन आले अल्लाह बड़े कीमती आ गए न बीबी आ दे हुसैन तुसा जिथे ही कयाम करेंदे आवे ख्वाब विच देहदी रहिया इया जगी रही मेरे अकबर दा सीने फल बरछी दा लगा जागीर करबल घिन्नी मातम करके आदिए बेशक तू मर्दियां दा मालिक हुण हुसैन बनी सदियां लोगां को लाख सही जाफर आदिन 60,000 तोला सोने दी जागीर करबल दे नवाब गुरबती चाक दी गाली को कुछ देना कीमत अदा करेने आदर खंड पाल पहले मैं भईवाल नाल मशवरा करें बेन दे खेमे दे दर ते आ खड़े सैयद दे 60,000 दा चाचा मैं करबला खरीद कर मिट्टी छोड़ के आ गए दसाया क्यों नहीं मैं जो तेरी भईवाना दिए आद मैं चले साद तूने मैं जो तेरी भईवाना सत्य सत्य जी जी लखवारी लखवारी जी लखवारी का आखिरी जुमला मैं जो तेरी भईवाना अद करबला दी जागीर दी कीमत मैं चले दिया हुण 30,000 दिनार हर दर तारीख दी आली हुसैन ते हुण चाचा सैयद हुसैन बाद जो उठा हा खड़े जिद बनी असद लोग खड़े हैं हुसैन दे नाओ बनी असद लोग जागीर दा बेनामा लिख दे है लवल बड़े औखे आ गए करबला दे नवाब दे एक मिनट रुक वंजो मैं भईवाल लाल मशवरा करे हुसैन पेर को लाओ खड़े आखरी जुमला पूरे करबला दे अक्सर दवार बैठे वेदे जो करबला इज्जत थी दी वजह केड़ी है हर दवार दा ख्याल रखदे दी वजह केड़ी है हुसैन असद लोग इतने 1400 साल पहले हुसैन को अपने दवारा दा ख्याल हुसैन दे बनी असद लोग एक शर्त जागीर तो को वापस करे ना मेहरबानी कराए तोड़े कह दौरी मेरे दवार आवे नोना दा ख्याल रखाए सैयदा दे उना दा हाथ रब के सारी कब्रा ते गिंदी आवे दसे Yeah, obviously.